ਹਾਂਜੀ ਸਰ, ਦੇਖੋ ਸ਼ੁਕਰਾਨਾ ਹਰ ਪਲ ਹਰ ਵਕਤ ਕਰਨਾ ਚਾਹੀਦਾ ਗੁਰੂ ਦੀ ਮਿਹਰ ਦਾ, ਪੀਪਲ ਟੂ ਪੀਪਲ ਕੋਂਟੈਕਟ ਦਾ, ਸਮਰਿੱਧੀ ਦਾ, ਔਰ ਅਸੰਖਿਅ ਸੰਭਾਵਨਾਵਾਂ ਜਿਹੜੀਆਂ ਇਹ ਲਾਂਘਾ ਲੈ ਕੇ ਆਇਆ। ਮੈਂ ਅਜੇ ਵੀ ਇਸ ਲਾਂਘੇ ਦੀ ਜਿਹੜੀ ਪੋਟੈਂਸ਼ੀਅਲ ਹੈ ਨਾ ਉਹਨੂੰ ਅਨਲੋਕਡ ਦੇਖਦਾ। ਇਹਨੂੰ ਜਿੰਨਾ ਅਸੀਂ ਅਨਲੋਕ ਕਰ ਲਾਂਗੇ ਇਹ ਓਨਾ ਮਾਨਵਤਾ ਦਾ ਭਲਾ ਕਰ। ਪੌਣੀ ਸਦੀ ਪਹਿਲਾਂ ਅਸਾਂ ਸਰਹੱਦਾਂ ਉੱਤੇ ਕੱਢ ਲਈਆਂ ਕੰਧਾਂ, ਅਤੇ ਜੇ ਕੱਢ ਲਈਆਂ ਕੰਧਾਂ ਇਹਨੂੰ ਸਰਾਵਾਂ ਜਾਂ ਮੈਂ ਨਿੰਦਾ? ਜੇ ਕੱਢ ਲਈਆਂ ਕੰਧਾਂ ਇਹਨੂੰ ਸਰਾਵਾਂ ਜਾਂ ਮੈਂ ਨਿੰਦਾ? ਪਰ ਯਾਰੋ ਇੱਕ ਗੱਲ ਆਖਣੀ ਮੈਂ ਖਾਸ ਚਾਹੁੰਦਾ। ਕੰਧਾਂ ਹੋਣ ਉੱਤੇ ਮੂਰਤਾਂ ਪਿਆਰੀਆਂ ਵੀ ਹੋਣ, ਕੰਧਾਂ ਹੋਣ ਉੱਤੇ ਮੂਰਤਾਂ ਪਿਆਰੀਆਂ ਵੀ ਹੋਣ, ਕੰਧਾਂ ਅੰਨੀਆਂ ਨਾ ਹੋਣ ਬੂਹੇ ਬਾਰੀਆਂ ਵੀ ਹੋਣ, ਕੰਧਾਂ ਅੰਨੀਆਂ ਨਾ ਹੋਣ ਬੂਹੇ ਬਾਰੀਆਂ ਵੀ ਹੋਣ, ਅਤੇ ਬੂਹੇ ਬਾਰੀਆਂ 'ਚੋਂ ਲੰਘ ਆਵੇ ਦੋਸਤੀ ਅਤੇ ਪਿਆਰ, ਬੂਹੇ ਬਾਰੀਆਂ 'ਚੋਂ ਲੰਘ ਆਵੇ ਦੋਸਤੀ ਅਤੇ ਪਿਆਰ, ਉਹ ਸਾਡਾ ਮੇਲ ਜੋਲ ਰਹੇ, ਸਾਡਾ ਮੇਲ ਜੋਲ ਰਹੇ ਯਾਰੋ, ਵਧੇ ਵਣਜ ਬਾਬਾ, ਵਧੇ ਵਣਜ ਬਾਬਾ। ਇਹ ਸੁਨੇਹਾ ਬਾਬੇ ਦਾ, ਇਹ ਉਸ ਪਾਰਸ ਦਾ ਜਿਹਨੂੰ ਛੂੰਹਦਾ ਨਾ ਉਹਦੇ 'ਚ ਗੌਰਵ ਦਾ ਸੰਚਾਰ ਕਰ ਦਿੰਦਾ। ਸਿੱਧੂ ਦੀ ਕੀ ਔਕਾਤ ਹੈ, ਫੇਰ ਆਖ ਦਿੰਦਾ ਉਸ ਘਰ ਦਾ ਨੌਕਰ ਚਾਕਰ ਹੈ ਕੂਕਰ ਵਫਾਦਾਰੀ। ਗੱਲ ਪੂਰੀ ਕਰ ਲੈਂਦੇ, ਮੈਂ ਗੱਲ ਸਮੁੰਦਰ ਦੀ ਕਰਦਾ, ਇਹਨੂੰ ਟੋਬੇ 'ਚ ਨਾ ਸਿੱਧੀ ਨਿਕਲ ਗਿਆ। ਇਹ ਦੋ ਮੁਲਕਾਂ ਦੀ ਗੱਲ ਨਹੀਂ, ਇਹ ਕੁੱਲ ਜਹਾਨ ਦੀ ਗੱਲ ਕਰਦਾ। ਇਹ ਗੱਲ ਸਿਰਫ ਲਾਂਘੇ ਦੀ ਨਹੀਂ, ਇਹ ਗੱਲ ਸਿਰਫ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਨਹੀਂ, ਇਹ ਗੱਲ ਤਾਂ ਕੁੱਲ ਜਹਾਨ ਦੀ ਹੈ। ਇਹ ਉਹ ਮੁਕੱਦਸ ਜਗ੍ਹਾ ਹੈ ਜਿਹਨੇ ਅੰਮ੍ਰਿਤਸਰ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਬਣਾ ਕੇ ਰੱਖੀ, ਸ਼ਤਾਬਦੀਆਂ। ਕਿਉਂ? ਕਿਉਂਕਿ ਅਸੀਂ ਸਿਲਕਨ ਰੂਟ ਤੋਂ ਜਾਂਦੇ ਸੀ ਔਰ ਅਖੀਰ ਤੱਕ ਉਜ਼ਬੇਕਿਸਤਾਨ, ਕਜ਼ਾਕਿਸਤਾਨ, ਰਸ਼ੀਆ, ਯੂਰਪ ਸਾਰੀਆਂ ਥਾਵਾਂ 'ਤੇ ਵਪਾਰ ਚਾਲੂ ਸੀ। ਹੁਸ਼ਿਆਰਪੁਰੀਏ ਚਿੱਟੇ ਕੁੜਤੇ ਪਜਾਮੇ ਪਾ ਕੇ ਬਲਬ ਬੁਖਾਰੇ, ਉੱਥੇ ਘਰ ਵਾਲੀਆਂ ਵੀ ਹੁੰਦੀਆਂ ਉਹਨਾਂ ਦੀ, ਠੀਕ ਹੈ ਕਿ ਨਹੀਂ? ਉਹ ਜਿਹੜਾ ਸ਼ਬਦ ਜਿਹੜਾ ਸੁੱਖ ਛੱਜੂ ਦੇ 'ਚ ਬਾਰੇ ਨਾ ਬਲਕਣਾ ਬੁਖਾਰੇ ਉੱਥੋਂ ਹੀ ਪਿਆ, ਸਮਝ ਨਹੀਂ? ਇੱਥੋਂ ਜਾਂਦੇ ਖੜਾਕ ਦੇਣੇ ਇਸਲਾਮੀਆ ਕਾਲਜ, ਖਾਕੀ ਖੇਡ ਕੇ ਸ਼ਾਮ ਨੂੰ ਵਾਪਸ, ਸਮਝੌਤਾ ਐਕਸਪ੍ਰੈਸ ਚੱਲਦੀ ਸੀ, ਛੂੰਕਦੀ ਜਾਂਦੀ ਹੁੰਦੀ, ਦਿਲਾਂ ਨੂੰ ਜੋੜਦੀ ਜਾਂਦੀ ਹੁੰਦੀ, ਜੋੜਨ ਵਾਲੇ ਨੂੰ ਮਾਣ, ਤੋੜਨ ਵਾਲੇ ਨੂੰ ਅਪਮਾਨ। ਕੋਈ ਸਿਕਿਉਰਿਟੀ ਦਾ ਮਾਮਲਾ ਭਾਈ, ਸ਼ਨਾਖਤ ਹੋਈ ਹੋਈ ਹੈ ਪਾਸਪੋਰਟ ਵਾਲਿਆਂ ਦੀ, SSP ਸ਼ਨਾਖਤ ਕਰਦਾ, ਠੀਕ ਹੈ ਕਿ ਨਹੀਂ? ਸਵਾਲ ਇਹ ਹੈ ਕਿ ਬਾਬੇ ਦਾ ਸੁਨੇਹਾ, ਜੋੜਨ ਦਾ ਸੁਨੇਹਾ ਅਤੇ ਅਮਨ ਅਮਾਨ ਦਾ ਸੁਨੇਹਾ,
ਪਿਆਰ ਮੁਹੱਬਤ ਦਾ ਸੁਨੇਹਾ, ਆਪਸੀ ਭਾਈਚਾਰੇ ਦਾ ਸੁਨੇਹਾ। ਪੀਸ ਬਿਗੈਟਸ ਪ੍ਰੋਸਪੈਰਿਟੀ। ਜਿੱਥੇ ਅਮਨ ਮਾਨ ਹੋਊ ਉੱਥੇ ਬਿਜ਼ਨਸ ਹੋਊ, ਵਪਾਰ ਹੋਊ, ਉੱਥੇ ਛੋਟਾ ਵਪਾਰੀ ਪਨਪੂ, ਉੱਥੇ ਇਕਨੋਮਿਕ ਫਾਇਦੇ ਦੇ ਨਾਲ ਆਪਸੀ ਸਾਂਝ ਪਨਪੂ। ਇਹ ਪੀਪਲ ਟੂ ਪੀਪਲ ਕੋਂਟੈਕਟ ਜਿਹੜਾ ਇਸ ਲੰਘ, ਇਹ ਪ੍ਰਮਾਣ ਹੈ ਕਿ ਜ਼ਬਾਨਾਂ ਇੱਕ ਨੇ, ਖਾਣ ਪਾਣ ਇੱਕ ਹੈ, ਜ਼ਬਾਨਾਂ ਇੱਕ ਨੇ, ਖਾਣ ਪਾਣ ਇੱਕ ਹੈ, ਸਾਡੀਆਂ ਤਾਂ ਗਾਲਾਂ ਵੀ ਇੱਕ ਨੇ, ਟੋ ਟੱਪੇ ਇੱਕ ਨੇ, ਠੀਕ ਹੈ ਕਿ ਨਹੀਂ, ਭਾਵਾਂ ਪੱਜਵੇ ਹੋਣ ਭਾਵਾਂ ਚੀਮੇ ਹੋਣ, ਜਾਤਾਂ ਗੋਤਰ ਇੱਕ ਨੇ, ਹੈ ਕਿ ਨਹੀਂ, ਕਲਚਰ ਇੱਕ ਹੈ। ਅਤੇ ਤੁਸੀਂ ਦੇਖੋ ਹੋਸਪਿਟੈਲਿਟੀ ਜਾ ਕੇ ਹੱਥਾਂ 'ਤੇ ਚੁੱਕਦੇ, ਪਲਕਾਂ 'ਤੇ ਵਿਛਾਉਂਦੇ। ਅਤੇ ਮਿੱਤਰ ਪਿਆਰੇ, ਜਿਹੜਾ ਟ੍ਰੇਡ ਦਾ ਪੋਟੈਂਸ਼ੀਅਲ ਹੈ ਨਾ, $37 billion ਹੈ, $37 billion, $1 billion 'ਚ 100 crore ਆਉਂਦਾ ਹੈ, $37 billion ਹੈ। ਅਸੀਂ ਸਿਰਫ $2 billion ਤੱਕ ਪਹੁੰਚੇ, ਸਿਰਫ ਦੋ। ਮਹਾਰਾਜਾ ਰਣਜੀਤ ਸਿੰਘ ਦਾ ਜਦੋਂ ਰਾਜ ਹੁੰਦਾ ਨਾ, ਅਤੇ ਅੱਜ 18 to 20 crore ਆਬਾਦੀ ਹੁੰਦੀ, 9 ਜ਼ਿਲ੍ਹੇ, ਨੌਰਥ ਵੈਸਟ ਫਰੰਟੀਅਰ ਪ੍ਰੋਵਿੰਸ, ਦੋਹੇ ਪੰਜਾਬ, ਕਰਾਚੀ, ਸਭ ਕੁਛ ਵਿੱਚ, ਸਮਝਿਆ ਕਿ ਨਹੀਂ। ਔਰ ਉਸ ਰਾਜ ਦੇ ਵਿੱਚ ਇੱਕ ਫਾਹਾ ਨਹੀਂ ਲੱਗਿਆ, ਕਿਸੇ ਨੂੰ ਇੱਕ ਫਾਂਸੀ ਨਹੀਂ ਲੱਗੀ। ਇਹ ਦੇਖੋ ਇਦੋਂ ਵੱਡਾ ਅਮਨ ਮਾਨ ਦਾ ਕੀ ਪੈਗਾਮ ਹੈ। ਹਰ ਧਰਮ ਦਾ ਸਨਮਾਨ, ਹਰ ਧਰਮ ਦਾ ਸਨਮਾਨ। ਕਾਸ਼ੀ ਵਿਸ਼ਵਨਾਥ ਜਾ ਕੇ ਵੀ ਮਹਾਰਾਜਾ ਰਣਜੀਤ ਸਿੰਘ 2.5 ਮਹੀਨੇ ਦੀ ਸੇਵਾ ਕਰਕੇ ਸੋਨਾ ਚੜ੍ਹਾ ਕੇ, ਉਹ ਵਕਤ ਯਾਦ ਆਉਂਦੇ ਆ। ਅਤੇ ਦੂਸਰੀ ਅਹਿਮ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ, ਉਹ ਇਦੋਂ ਵੀ ਵੱਡੀ ਹੈ। ਤੁਸੀਂ ਕਿਤੇ ਇਹ ਨਾ ਸੋਚਿਓ ਕਿ ਇਹ ਜਿਹੜਾ ਬਾਰਡਰ ਹੈ, ਇੱਥੇ ਮੈਂ ਦੋ ਮੁਲਕਾਂ ਦੀ ਗੱਲ ਹੀ ਕਰਨਾ ਹੈ, ਨਹੀਂ, ਮੈਂ ਇਸ ਜਹਾਨ ਦੇ ਪੀਸ ਦੀ ਗੱਲ ਕਰਨਾ ਹਾਂ, ਇਸ ਜਹਾਨ ਦੇ ਪੀਸ ਆਫ ਦਾ ਵਰਲਡ। ਅੱਜ ਤੁਸੀਂ ਦੇਖੋ ਯੂਕਰੇਨ ਦੀ ਜੰਗ ਚੱਲ ਰਹੀ ਹੈ ਰਸ਼ੀਆ ਨਾਲ, ਔਰ ਕਈ ਵਾਰ ਛੋਟੀ ਜਿਹੀ ਚਿੰਗਿਆਰੀ ਜੰਗਲ ਜਲਾ ਕੇ ਰਾਖ ਕਰ, ਚੰਗਿਆਰੀਆਂ ਵੱਧਦੀਆਂ ਵੱਧਦੀਆਂ ਮਸ਼ਾਲਾਂ ਬਣ ਜਾਂਦੀਆਂ, ਅੱਗ ਵੱਧਦੀ ਹੈ, ਫਿਰ ਲਪਟਾਂ 'ਚ ਲੈ ਲੈਂਦੀ। ਫਿਰ ਇਰਾਨ ਔਰ ਸਾਡੇ ਨੇਬਰ ਦੇ ਨਾਲ ਥੋੜ੍ਹੀ ਬਹੁਤੀ ਜੰਗ, ਫਿਰ ਫਲਸਤੀਨ ਦੇ ਵਿੱਚ ਛੋਟੇ ਛੋਟੇ ਬੱਚੇ, ਮਜ਼ਲੂਮ ਔਰਤਾਂ, ਉਹਨਾਂ ਦੀ ਜਦੋਂ ਮੌਤ ਦੇਖਦਾ, ਛੋਟੇ ਛੋਟੇ ਬੱਚੇ, ਮੈਂ ਸੋਚਦਾ ਕਿ ਕੱਲ੍ਹ ਦਾ ਜੰਮਿਆ ਜਵਾਕ ਇਹਦਾ ਕੀ ਕਸੂਰ ਹੈ ਭਾਈ, ਕਿ ਜੰਗ ਕੋਈ ਹੱਲ ਹੈ? ਕੀ ਹੱਲ ਕੱਢ ਲਿਆ ਸੀ ਦੱਸੋ? ਹੱਲ ਟੇਬਲ 'ਤੇ ਹੀ ਨਿਕਲਣਗੇ, ਹੱਲ ਪਿਆਰ ਮੁਹੱਬਤ ਨਾਲ, ਇੱਕ ਕਦਮ ਅੱਗੇ ਵੱਧ ਕੇ ਇੱਕ ਕਦਮ ਪਿੱਛੇ ਹੋ ਕੇ ਨਿਕਲਣਗੇ। ਇਸ ਕਰਕੇ ਮੈਂ ਚਾਹੁੰਦਾ, ਮੇਰੀ ਇਹ ਖਵਾਹਿਸ਼ ਹੈ, ਮੇਰੀ ਇਹ ਤਮੰਨਾ ਹੈ ਕਿ UNO, ਯੂਨਾਈਟਿਡ ਨੇਸ਼ਨਸ ਆਰਗਨਾਈਜੇਸ਼ਨ, ਉਹ ਤਕੜੀ ਹੋਵੇ। ਉਹ ਸਾਰਿਆਂ ਤੋਂ ਵੱਡੀ ਸਰਕਾਰ, ਅਸੀਂ ਕਹਿੰਦੇ ਸਰਕਾਰ ਸਟੇਟਾਂ ਦੀ, ਉੱਤੇ ਲੋਕ ਸਭਾ ਦੇ ਵਿੱਚ MPਾਂ ਦੀ, ਉਹ ਦੁਨੀਆ ਦੀ ਸਭ ਤੋਂ ਵੱਡੀ ਸਰਕਾਰ UN ਹੈ, UN, ਯੂਨਾਈਟਿਡ ਨੇਸ਼ਨਸ। ਉਹਨੂੰ ਐਮਪਾਵਰ ਕਰਕੇ ਅੱਜ ਜ਼ਰੂਰਤ ਹੈ ਇੰਟਰਵੀਨ ਕਰਨ ਦੀ ਫੋਰ ਵਰਲਡ ਪੀਸ। ਇਹੀ ਬਾਬੇ ਨਾਨਕ ਦਾ ਸੀ, ਜਗਤ ਗੁਰੂ ਬਾਬਾ ਨਾਨਕ, ਅਮਨ ਮਾਨ। ਕਿਉਂਕਿ ਅਮਨ ਮਾਨ ਜਿੱਥੇ ਹੋਏਗਾ, ਜਿੱਥੇ ਜ਼ਿੰਦਗੀ ਦਾ ਮੁੱਲ ਹੋਏਗਾ,
ਜਦੋਂ ਮੈਂ ਫਲਸਤੀਨ ਨੂੰ ਦੇਖਦਾ, ਜਦੋਂ ਮੈਂ ਆ ਬੰਬ ਦੇਖਦਾ, ਅੱਜ ਕੱਲ੍ਹ ਤਾਂ ਜੰਗਾਂ ਬਾਰਡਰਾਂ ਦੀਆਂ ਥੋੜ੍ਹਾ ਨਾ ਰਹਿ ਗਈਆਂ, ਕਿੱਥੇ ਬੈਠੇ ਆ, ਬਟਨ ਦੱਬਿਆ, ਕਿੱਥੇ ਕੀ, ਕਿੱਧਰੋਂ ਗਈ, ਕਿੱਧਰ ਕੀ ਹੋ ਗਿਆ, ਸਮਝ ਨਹੀਂ। ਇਸ ਕਰਕੇ ਇਹ ਸਾਰੀਆਂ ਮੰਗਾਂ ਮੈਂ ਬਾਰੰਬਾਰ ਰੱਖੂੰ, ਹਰ ਥਾਂ ਰੱਖੂੰ। ਭਾਈ ਸਾਡੇ ਨਾਲ ਜਿਹੜੇ ਵਿਤਕਰੇ ਨੇ ਨਾ, ਉਹਦੇ ਕਰਕੇ ਅਸੀਂ ਸਾਡੀ ਕਿਸਮਤ 'ਤੇ ਤਾਲੇ ਲੱਗ ਗਏ। ਇਹ ਤਾਲੇ ਖੋਲੋ, ਅਨਲੋਕ ਦਿਸ ਪੋਟੈਂਸ਼ੀਅਲ। ਜੇ ਕਰਾਚੀ ਬੰਬੇ ਖੁੱਲ੍ਹਾ ਅਤੇ ਅਟੈਕ ਤਾਂ ਉੱਧਰੋਂ ਵੀ ਹੋਏ ਨੇ ਨਾ ਬੰਬਈ 'ਤੇ, ਅਤੇ ਭਾਈ ਫਿਰ ਲਾਹੌਰ ਅਤੇ ਅੰਮ੍ਰਿਤਸਰ 22 ਕਿਲੋਮੀਟਰ ਸਮਾਨ ਕਿਉਂ ਨਾ ਜਾਵੇ, 22,000 ਕਿਲੋਮੀਟਰ, 2,200 ਕਿਲੋਮੀਟਰ ਮੁੰਦਰਾ ਪੋਰਟ 'ਤੇ ਕਿਉਂ ਟਿਕੇ, ਮੁੰਦਰਾ ਪੋਰਟ 'ਤੇ ਕੀ ਖਾਸ ਗੱਲ ਆ ਬਈ, ਹੈ ਇਹ ਲਾਹੌਰ ਕਿਉਂ ਨਾ ਜਾਵੇ, ਸਿੱਧਾ ਸਮਾਨ ਜਿਵੇਂ ਜਾਂਦਾ ਹੁੰਦਾ। ਚਲੋ ਜੇ ਸਿਕਿਉਰਿਟੀ ਦੀ ਗੱਲ ਹੈ, ਕਾਰਗੋ ਕਰ ਦਿਓ, ਅੱਗੇ ਫਲਾਈਟਾਂ ਸ਼ੁਰੂ ਕਰਾਈਆਂ। ਕੌਮੀ ਕੌਮਾਂਤਰੀ ਏਅਰਪੋਰਟ, ਕੌਮਾਂਤਰੀ ਏਅਰਪੋਰਟ, ਹਜ਼ਾਰਾਂ ਏਕੜ ਜ਼ਮੀਨ ਐਕਵਾਇਰ ਕਰ ਲਈ, ਕਿਹਦੇ ਫਾਇਦੇ ਲਈ ਸੀ? ਕੌਮਾਂਤਰੀ ਹਵਾਈ ਅੱਡੇ ਤੋਂ ਕੌਮਾਂਤਰੀ ਫਲਾਈਟਾਂ ਤਾਂ ਹੈ ਨਹੀਂ, ਬਿਲਕੁਲ। ਹਾਂ, ਕੌਮਾਂਤਰੀ ਹਵਾਈ ਅੱਡਿਆਂ ਨੂੰ ਬੜਾ ਐਕਵਾਇਰ ਕੀਤਾ, ਅਤੇ ਕੌਣ ਲੈ ਗਏ ਉਹ ਪੈਸੇ ਪੂਏ? ਹੈਂ, ਲੋਕਾਂ ਨੂੰ ਸਮਝ ਨਹੀਂ ਆਉਂਦੀ। ਮੈਂ ਗੱਲ ਵੱਡੀ ਕਰਦਾ, ਤਾਂ ਹੀ ਮੈਂ ਕਹਿੰਦਾ ਸਮੁੰਦਰਾਂ ਦੀ ਗੱਲ ਕਰੀਏ, ਹੈਂ ਗੱਲ ਵੱਡੀ ਕਰੀਏ, ਛੋਟੀਆਂ ਗੱਲਾਂ ਕਰਕੇ ਕੀ ਲਵਾਂਗੇ। ਸਿੱਧੂ ਸਾਹਿਬ, ਇੱਕ ਇਸ ਪਾਸੇ ਜਦੋਂ ਇਸ ਨਾਲ ਨਿੱਜੀ ਤੌਰ 'ਤੇ ਤੁਸੀਂ ਜੁੜੇ ਰਹੇ ਹੋ, ਇਸ ਨੂੰ ਖਲਵਾਉਣ ਦੇ ਵਿੱਚ ਸਾਰਾ ਹੀ ਜਿਹੜਾ, ਚਲੋ ਤੁਸੀਂ ਵੱਡੀ ਗੱਲ ਕਰਦੇ, ਸਿਹਰਾ ਤਾਂ ਤੁਹਾਨੂੰ ਹੀ ਮਿਲਦਾ। ਇੱਕ ਮਿੰਟ ਇਹਦੇ ਵਿੱਚ, ਚਲੋ ਮੈਂ ਇੱਕ ਛੋਟੀ ਜਿਹੀ, ਮੇਰਾ ਸਵਾਲ, ਪਰ ਨਾ ਇਸ ਦੇ ਵਿੱਚ ਪਿੱਛੇ ਕੋਵਿਡ ਵੀ ਆ ਗਿਆ, ਸੰਗਤ ਜਿਹੜੀ ਘੱਟ ਗਈ ਸੀਗੀ, ਇੱਕ ਨਾ ਜਿਹੜੀ $20 ਦੀ ਫੀਸ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਹੀ ਰਹਿੰਦੀ ਆ, ਤੁਸੀਂ ਇਸ ਬਾਰੇ ਕੀ ਕਹਿਣਾ? ਮੈਂ ਇਹ ਕਹਿਣਾ ਚਾਹੁੰਦਾ ਕਿ ਅਸਲੀ ਪੁੰਨ ਉਦੋਂ ਮਿਲਣਾ ਜਦੋਂ ਸੱਥਾਂ 'ਚ ਬੈਠੇ ਉਹ ਲੋਕ ਹੈ ਜਿਹੜੇ ਬਾਬੇ ਨੂੰ ਧਿਆਉਂਦੇ ਆ, ਕਿਸੇ ਦੀ ਅੱਖ 'ਚ ਮੋਤੀਆ ਉਤਰਿਆ, ਕਿਸੇ ਤੋਂ ਤੁਰਿਆ ਨਹੀਂ ਜਾਂਦਾ, ਜਦੋਂ ਸਰਕਾਰਾਂ ਉਹਨਾਂ ਨੂੰ ਲਿਆ ਕੇ ਇੱਥੇ ਮੱਥਾ ਟਿਕਾ ਦੇਣਗੇ। ਫੀਸ ਉਹ ਫ੍ਰੀ ਹੋ ਜਾਏਗੀ, ਮਤਲਬ ਫੀਸ ਅਤੇ ਭਾਈ ਫੀਸ ਜਿਹੜੇ 50-60 ਹਜ਼ਾਰ ਕਰੋੜ ਖਾਈ ਤੁਰੀ ਜਾਂਦੇ ਆ, ਉਹ 'ਚੋਂ 5 ਕਰੋੜ ਰੁਪਈਆ ਲਾ ਕੇ ਗਰੀਬ ਗੁਰਬੇ ਨੂੰ ਦਰਸ਼ਨ ਕਰਾ ਦੇਣ, ਜਿਹੜੀ ਸੱਚੀ ਗੱਲ ਹੈ ਅਤੇ ਅੱਛੀ ਗੱਲ ਸਰਕਾਰ ਜਾਂ SGPC ਸਿੱਧੂ ਸਾਹਿਬ, ਮੈਂ ਕੀ ਕਹਿੰਦਾ ਕੋਈ ਪਹਿਲ ਕਰੇ, ਕੋਈ ਕਰੇ, ਠੀਕ ਹੈ। ਇਦੋਂ ਵੱਡਾ ਕਿਹੜਾ ਕਾਜ ਹੈ? ਸਰ ਤੁਸੀਂ ਅਰਦਾਸ ਕਰੋ ਕਿ ਕਰਤਾਰਪੁਰ ਸਾਹਿਬ ਦੇ ਭਰਾ ਜਿਹੜੇ ਰੁੱਠੇ ਨੇ ਮਿਲਣ, ਆਪਾਂ ਪਾਕਿਸਤਾਨ ਨੇ ਹਿੰਦੁਸਤਾਨ ਉਹਨੇ ਭਰਾ ਨੇ। ਮੈਂ ਕਿਹਾ ਮੇਰੀ ਇੱਕ ਗੱਲ ਨੂੰ ਸੁਣੋ, ਹਮੇਸ਼ਾ ਕੋਸ਼ਿਸ਼, ਮੇਰੀ ਕੋਸ਼ਿਸ਼ ਵੀ ਹੈ, ਮੇਰਾ ਪ੍ਰਯਾਸ ਵੀ ਹੈ ਸਮ੍ਰਿੱਧੀ ਦਾ, ਸਮਝੇ ਨਹੀਂ? ਸਮ੍ਰਿੱਧੀ, ਸਮ੍ਰਿੱਧੀ ਕਿੱਦਾਂ ਆਊਗੀ ਜਦੋਂ ਤੁਸੀਂ ਪਿਛੜੇ ਲੋਕ, ਮੈਨੂੰ ਪਹਿਲਾਂ ਪੁੱਛਿਆ ਗਿਆ ਸੀ ਕਿ ਭਾਈ ਜੇ ਅਸੀਂ ਗਰੀਬ ਗੁਰਬੇ ਪਿਛੜੇ ਲੋਕਾਂ ਦਾ ਭਲਾ ਕਰਨਾ ਤਾਂ ਕਿਵੇਂ ਕਰ ਸਕਦੇ? ਮੈਂ ਕਿਹਾ ਜੀ ਬਾਰਡਰ ਖੋਲ੍ਹ ਦਿਓ ਜਾਂ ਫਿਰ ਮਾਰਕੀਟ ਦੱਸ ਦਿਓ। 5 ਸਾਲਾਂ 'ਚ, ਮੈਂ ਆਖਰੀ ਗੱਲ ਕਰਦਾ, 5 ਸਾਲਾਂ ਦੇ ਵਿੱਚ, 25 ਸਾਲਾਂ ਦੇ ਵਿੱਚ ਤੁਸੀਂ ਬਦਲਾਅ ਦੇਖੋ। 1992 'ਚ ਡੀਜ਼ਲ ਦੀ ਕੀਮਤ 5 ਰੁਪਈਏ, ਅੱਜ ਕਿੰਨੀ ਹੈ? 100 ਰੁਪਈਏ ਆਲਮੋਸਟ। ਕਿੰਨੀ ਹੈ ਜੀ? 100 ਰੁਪਈਏ ਜੀ ਆਲਮੋਸਟ। 100 ਰੁਪਈਆ ਮਤਲਬ ਕਿੰਨਾ ਵੱਧ ਗਿਆ? 20 ਗੁਣਾ ਵੱਧ ਗਈ ਤੇ ਉਹਦੀ ਇਨਕਮ 15 ਗੁਣਾ ਘੱਟ ਗਈ। ਤੁਸੀਂ ਤਨਖਾਹਾਂ 1-1 ਹਜ਼ਾਰ ਗੁਣਾ ਪ੍ਰਾਈਵੇਟ ਸੈਕਟਰ 'ਚ ਵਧਾ ਦਿੱਤੀਆਂ,
ਤੇ ਉਹਦੀ ਜਿਹੜੀ MSP ਹੈ 40 ਰੁਪਏ ਵਧਾਉਣੇ ਹੋ ਤੇ ਪੈਸਟੀਸਾਈਡ ਤੇ ਮੈਨਿਓਰ ਦੇ ਉੱਤੇ 40% ਵਧਾ ਕੇ 40 ਦੇ ਕੇ 400 ਲੈ ਲੈਂਦੇ ਹੋ। ਫਿਰ ਜਦੋਂ ਲਾਸਟ ਵਾਲਾ ਇਲੈਕਸ਼ਨ ਆਉਂਦਾ ਫਿਰ ਕਹਿੰਦੇ 150 ਵਧਾਤੀ। ਉਹ ਭਾਈ ਦੱਸੋ, ਜਾਂ ਤਾਂ ਮਾਰਕੀਟ ਦੇ ਦਿਓ ਜਾਂ ਕਿਸਾਨ ਦੀ ਇਨਕਮ ਡਬਲ ਕਰ ਦਿਓ, ਅਤੇ ਜਾਂ ਫਿਰ ਆਹ ਮਾਰਕੀਟ ਦੇ ਦਿਓ। ਮੈਂ ਕਹਿੰਦਾ ਦੋ ਮੁਲਕਾਂ ਦੀ ਗੱਲ ਛੱਡੋ ਯਾਰ, ਸਿਲਕਨ ਰੂਟ ਦੇ ਉੱਤੇ ਪਾਓ, ਦੋ ਮੁਲਕਾਂ ਦੀ ਗੱਲ ਛੱਡੋ। 50-100 ਨੇਸ਼ਨ ਬੈਨੀਫਿਟ ਕਰਨਗੇ, ਖੜਾ ਹੋਜੂ ਮੁਲਕ। ਆਹ ਕਿੱਦਾਂ ਖੜੇ ਹੋਏ ਨੇ ਬਾਕੀ ਵਿਕਸਿਤ ਦੇਸ਼, ਇੱਦਾਂ ਹੀ ਖੜੇ ਹੋਏ ਨੇ ਨਾ ਮਿੱਤਰਾ, ਇੱਦਾਂ ਹੀ ਖੜਾ ਹੋਏ ਨੇ। ਜਦੋਂ World War II ਲੱਗੀ, ਔਰ ਅੱਜ ਮੈਂ ਇਸ ਖਤਰੇ ਦੀ ਗੱਲ ਕਰ ਰਿਹਾ, ਖਤਰੇ ਨੂੰ ਆਉਣ ਤੋਂ ਪਹਿਲਾਂ ਟਾਲਿਆ ਜਾ ਸਕਦਾ ਮਿੱਤਰ ਪਿਆਰੇ। ਇਹ ਜਿਹੜੀ ਤੀਸਰੀ ਜੰਗ ਸਾਡੇ ਵੱਲ ਦੇਖਦੀ ਹੈ ਨਾ, ਅੱਜ 6-7 ਮੁਲਕ ਐਸੇ ਨੇ, ਇਹ ਅੱਗ ਕਦੋਂ ਕਿੱਧਰ ਨੂੰ ਆਉਣੀ ਹੈ ਕੁਛ ਨਹੀਂ ਪਤਾ। ਜਾਗਰੂਕ ਹੋ ਕੇ ਅਸੀਂ ਇਹਨੂੰ ਰੋਕੀਏ, UN ਦੀ ਸਪੋਰਟ ਮੰਗੀਏ, ਔਰ UN ਦੇ ਵਿੱਚ ਮੈਜੋਰਿਟੀ ਸਪੋਰਟ ਮੰਗੀਏ, ਕਿਸੇ ਇੱਕ ਦੇਸ਼ ਦੀ ਵੀਟੋ ਨਾਲ ਨਹੀਂ, ਮੈਜੋਰਿਟੀ ਸਪੋਰਟ ਹੋਵੇ। ਸਰ ਪਾਕਿਸਤਾਨ ਦੇ ਵਿੱਚ ਜਿਹੜੀ ਚੋਣ ਕਮੇਟੀ ਦੀ ਜਗ੍ਹਾ ਮਿਲੀ ਸੀ ਸਾਹਿਬ, ਹਾਂਜੀ ਮਰਤੇ ਕਰ ਹਾਲਾਤ ਨੇ ਬਹੁਤੇ ਠੀਕ ਨਹੀਂ, ਮੈਂ ਕਹਿੰਦਾ ਹਾਲਾਤ ਨੇ ਜਿੱਦਾਂ ਹਾਲਾਤ ਸੁਧਾਰਨ ਵਾਸਤੇ ਸਰਕਾਰਾਂ ਨੇ ਜੀ। ਮੈਂ ਵੱਡੀ ਸਰਕਾਰ ਵਰਲਡ ਸਰਕਾਰ ਦੀ ਗੱਲ ਕਰ, ਰਾਤ ਸੁਧਾਰੇ ਭਾਈ, ਆ ਚੂੰ ਚੂੰ ਨਾ ਕਰੇ ਤਾਂ ਗਰੀਸ ਲਾਉਂਦਾ ਕੋਈ ਮਿੱਤਰਾ, ਅਤੇ ਕਰੀਏ ਨਾ, ਬੱਚਾ ਰੋਵੇ ਨਾ ਮਾਂ ਦੁੱਧ ਪਿਉਂਦੀ ਹੈ। ਅਸੀਂ ਵੱਡੀ ਸਰਕਾਰ ਨੂੰ ਗੁਹਾਰ ਲਾਈ, UN ਸਮਝੋ, ਇੱਧਰ ਜਿੰਨਾ ਪ੍ਰਯਾਸ ਹੋ ਸਕਦਾ। ਗੱਲ ਵਿਚਾਰਾਂ ਦੀ ਹੈ ਯਾਰ, ਕੋਈ ਕਿਸੇ ਨੂੰ ਮਾੜਾ ਭਲਾ ਕਹੀ ਜਾਵੇ, ਜੇ ਉਹ ਮਾਨਵਤਾ ਦਾ ਭਲਾ ਨਹੀਂ ਕਰ ਸਕਦਾ। ਸਭ ਤੋਂ ਵੱਡਾ ਧਰਮ ਮਾਨਵਤਾ ਹੈ, ਮਾਨਵਤਾ। ਲੈ ਫਿਰ ਆਖਰੀ ਸ਼ੇਅਰ ਸੁਣਾ ਕੇ ਮੈਂ ਅੱਗੇ ਵਧਾਂ, ਫਿਰ ਸ਼ਾਮ ਨੂੰ ਤੁਸੀਂ ਦੁਬਾਰਾ ਗੱਲ ਸੁਣਨੀ ਹੈ ਤਾਂ ਦੁਬਾਰਾ ਸੁਣ ਲੈਣਾ, ਬਿਲਕੁਲ ਸੁਣਾਂਗੇ, ਫਿਰ ਤੁਸੀਂ ਦੁਬਾਰਾ ਸੁਣ ਲੈਣਾ ਜੀ। ਕਹਿੰਦੇ ਉਹ ਗੁਲ ਹੀ ਨਹੀਂ ਜਿਸਮੇ ਖੁਸ਼ਬੂ ਨਹੀਂ, ਗੁਲ ਹੁੰਦਾ ਫੁੱਲ, ਉਹ ਗੁਲ ਹੀ ਨਹੀਂ ਜਿਸਮੇ ਖੁਸ਼ਬੂ ਨਹੀਂ, ਉਹ ਦਿਲ ਹੀ ਨਹੀਂ ਜਿਸਮੇ ਉਲਫਤ ਨਹੀਂ, ਉਲਫਤ ਦਾ ਮਤਲਬ ਹੁੰਦਾ ਮੁਹੱਬਤ, ਉਹ ਦਿਲ ਹੀ ਨਹੀਂ ਜਿਸਮੇ ਉਲਫਤ ਨਹੀਂ, ਲੱਖ ਜੌਹਰ ਹੋਂ ਆਦਮੀ ਮੇਂ, ਇੱਕ ਇਨਸਾਨੀਅਤ ਨਹੀਂ ਤੋ ਕੁਛ ਵੀ ਨਹੀਂ। ਇਨਸਾਨ ਦੇ ਨਾਲ ਇਨਸਾਨ ਦਾ ਨਾਤਾ ਰੱਖੀਏ, ਇੱਕ ਦੂਸਰੇ ਦੀ ਖੈਰ ਮੰਗੀਏ, ਅਤੇ ਮੈਂ ਜਦੋਂ ਉੱਧਰ ਜਾਵਾਂਗਾ ਨਾ ਤਾਂ ਖੈਰ ਮੰਗਾਂਗਾ, ਖੈਰ ਮੰਗਾਂਗਾ ਵਸਦੇ ਵਿਹੜਿਆਂ ਦੀ, ਖੈਰ ਮੰਗਾਂਗਾ ਦਿਨ ਰਾਤ ਦੀ, ਖੈਰ ਮੰਗਾਂਗਾ ਜ਼ਿੰਦਗੀ ਦੀ, ਖੈਰ ਖੈਰ ਮੰਗਾ ਜ਼ਿੰਦਗੀ ਦੀ, ਖੈਰ ਕਾਇਨਾਤ ਦੀ, ਖੈਰ ਵਸਦੇ ਵਿਹੜਿਆਂ ਦੀ, ਖੈਰ ਦਿਨ ਰਾਤ ਦੀ। ਜੈ ਹਿੰਦ। ਇਸ ਤਰੀਕੇ ਨਾਲ ਮਸਤ ਚੱਲ ਰਹੇ ਹੋ।